ਇਹ ਕਿਉਂ ਹੋਇਆ ਉਸ ਕਿਉਂ ਦਾ ਜਵਾਬ ਇਹ ਆ ਕਿ ਮਾਨ ਸਾਹਿਬ ਨੇ ਦੋ ਗੱਲਾਂ ਬੋਲੀਆਂ ਸਨ ਹੁਣ ਦੇਖੋ ਫੈਕਟ ਤੇ ਆਪਾਂ ਠੀਕ ਆ ਉਹ ਦੱਸ ਦਿੱਤੀ ਕਿ ਇੱਕ ਤੱਥ ਕੀ ਸੀਗੇ ਤੱਥ ਦਾ ਮਤਲਬ ਕਿ ਜਿਹੜੇ ਮਾਨ ਸਾਹਿਬ ਨੇ ਰੱਖੇ ਆ ਜੀ ਤੇ ਜਿਨ੍ਹਾਂ ਤੇ ਗਾਂ ਫਿਰ ਅੱਗੇ ਕਹਿ ਲਓ ਕਿ ਕਾਊਂਟਰ ਹੋਇਆ ਮਾਨ ਸਾਹਿਬ ਨੇ ਇੱਕ ਗੱਲ ਕਹੀ ਸੀਗੀ ਕਿ ਭਾਖੜਾ ਮੇਨ ਲਾਈਨ ਦੇ ਵਾਰ ਲਾ ਕੇ 98 ਸੈਦ ਸਾਨੂੰ ਉਹਨਾਂ ਨੇ ਦੱਸਿਆ ਸੀਗਾ ਹਾਂਜੀ ਕਿ ਜਦੋਂ ਇਹ ਪਾਵਰ ਚ ਆਏ ਕਿਉਂਕਿ ਲੰਮਾ ਸਮਾਂ ਤਾਂ ਬਾਦਲ ਸਾਹਿਬ ਪਾਵਰ ਚਾਹੀਦੀ 97 ਦੀ ਸਰਕਾਰ ਹੀ ਜਾਲਾ ਚਰਚਾ ਤੇ ਆ ਬਿਲਕੁਲ ਤਕਰੀਬਨ 20 ਸਾਲ ਬਾਅਦ ਇਹਨਾਂ ਦੀ ਵਾਪਸੀ ਹੋਈ ਸੀ ਹਾਂਜੀ ਬਾਦਲ ਸਾਹਿਬ ਪਾਵਰ ਚਾਹੀਦੀ ਜੀ ਕਹਿੰਦੇ ਕਿ ਉਦੋਂ ਵਾਰ ਲਾਏ ਗਏ ਅੱਛਾ ਇੱਕ ਚੀਜ਼ ਮੈਂ ਤੁਹਾਨੂੰ ਸਾਫ਼ ਕਰ ਦੇਵਾਂ ਹੁਣ ਮੈਂ ਨਾ ਭੁੱਲ ਗਿਆ ਮੈਂ ਕਿਸੇ ਤੋਂ ਮਗਾਈ ਆ ਉਹ ਪਾਣੀਆਂ ਦੇ ਉੱਤੇ ਬਹੁਤ ਰਿਸਰਚ ਕਰਦੇ ਨੇ ਮੇਰੇ ਭਰਾ ਹੀ ਨੇ ਤਾਂ ਉਹ ਮਗਾਈ ਆ ਕਿਉਂਕਿ ਉਧਰ ਤੁਹਾਨੂੰ ਪਤਾ ਕੈਨੇਡਾ ਅਮਰੀਕਾ ਚ ਇਸ ਵੇਲੇ ਉਹਨਾਂ ਦੇ ਸੌਣ ਦਾ ਟਾਈਮ ਸੀਗਾ ਤੂੰ ਕੱਲ ਨੂੰ ਮੈਂ ਦੱਸ ਦੂੰਗਾ ਪੰਜਾਬੀ ਦੇ ਇੱਕ ਅਖਬਾਰ 'ਚ ਕੋਈ ਜ਼ਿਆਦਾ ਨਹੀਂ 10-15 ਸਾਲ ਦੇ ਦਰਮਿਆਨ ਇਹ ਰਿਪੋਰਟ ਲੱਗੀ ਸੀ ਜਿਹੜੀ ਮੈਂ ਪੜੀ 10-15 ਜ਼ਿਆਦਾ ਵੀ ਨਹੀਂ ਕਿ ਆਹੀ ਚੀਜ਼ ਜਿਹੜੀ ਮਾਨ ਸਾਹਿਬ ਨੇ ਬੋਲੀ ਆ ਉਹੀ ਚੀਜ਼ ਸਟੋਰੀ ਦੇ ਰੂਪ 'ਚ ਸੀ ਕਿ ਬਾਹਰ ਲਾ ਕੇ ਪਾਣੀ ਵਾਫਰ ਹਰਿਆਣੇ ਵੱਲ ਵਗ ਰਿਹਾ ਹੈ ਜੀ ਹੁਣ ਮੈਂ ਅਖਬਾਰ ਦਾ ਮੈਨੂੰ ਦੋ ਅਖਬਾਰਾਂ ਦਾ ਹੈਗਾ ਸ਼ੱਕ ਕਿਹਨਾਂ 'ਚੋਂ ਸੀ ਇੱਕ 'ਚ ਮੈਂ ਨਾਸਿਲ ਤੋਂ ਗ੍ਰੇਸ ਕਰਦਾ ਇਸ ਕਰਕੇ ਕਿ ਪੁਸ਼ਟੀ ਹੋ ਜੋ ਕਿ ਕੱਲ ਤੱਕ ਮੈਂ ਤੁਹਾਨੂੰ ਕੱਢ ਕੇ ਕਟਿੰਗ ਦਿਖਾ ਦੂੰਗਾ ਜੀ ਹਾਂ ਵੀ ਇਹ ਆਪਾਂ ਉਹੀ ਨਾਮ ਬੋਲ ਗਏ ਜਿਨੇ ਵੀ 12 ਵਾਲਾ ਮਸਲਾ ਤੇ ਉੱਠਿਆ ਪਰ 1998 ਵਾਲਾ ਇਹਨਾਂ ਨੇ ਕਿੱਥੋਂ ਲਿਆ ਹੋਰ ਪਤਾ ਪਰ 10-12 ਸਾਲ ਦੇ ਦੌਰਾਨ ਮੈਂ ਕਿਉਂਕਿ ਮੈਂ ਉਦੋਂ ਆ ਗਿਆ ਸੀਗਾ ਇਸ ਕਿਤੇ ਚ ਜੀ ਮਤਲਬ ਕਿ ਰੋਜੀ ਰੋਟੀ ਵਾਸਤੇ ਉਸ ਦਰਮਿਆਨ ਦੀ ਹੀ ਇਹ ਗੱਲ ਆ ਜੀ ਮੈਂ ਉਹ ਆਪ ਕਟਿੰਗ ਪੜੀ ਆ ਹੁਣ ਮੈਂ ਅੱਜ ਆਪਦੇ ਲੈਪਟਾਪ ਚ ਫੋਲਿਆ ਵੀ ਪੁਰਾਣੀਆਂ ਫਾਈਲਾਂ ਚ ਮੈਨੂੰ ਲੱਭੀ ਨਹੀਂ ਤੇ ਮੈਂ ਉਹਨਾਂ ਤੱਕ ਅਪਰੋਚ ਕੀਤੀ ਇਹ ਇੱਕ ਚੀਜ਼ ਜਿਹੜੀ ਆ ਅਖਬਾਰ ਚ ਛਪੀ ਆ ਸੱਚੀ ਆ ਝੂਠੀ ਆ ਆਪਾਂ ਨੂੰ ਹੀ ਪਤਾ ਦੂਜੀ ਗੱਲ ਇਹਨਾਂ ਨੇ ਕਿਹਾ ਕਿ ਉਹਦੇ ਬਦਲੇ ਇਹਨਾਂ ਨੇ ਲੈ ਲਿਆ ਜੀ ਪਾਣੀ ਬਾਲਾ ਸਰ ਤੱਕ ਜੀ ਵੀ ਜਿਹੜੀ ਉਹ ਬਾਲਾ ਸਰ ਨਹਿਰ ਆ ਛੋਟੀ ਨਹਿਰ ਹੈ ਤੁਹਾਨੂੰ ਪਤਾ ਹੈ ব্রাঞ্চ ਆ ਹੋ ਜਿਵੇਂ ਆਪਣੇ ਸੁਆਕ ਅਸੀਂ ਆਉਂਦੀ ਆ ਪਹਿਲਾਂ ਆ ਜਾਂਦੀ ਆ ਕਹਿੰਦੇ ਜੀ ਕਿ ਇਹ ਇਹਨਾਂ ਨੇ ਲਈ ਆ ਬਦਲੇ ਦੇ ਵਿੱਚ ਕਿ ਪਾਣੀ ਉਧਰੋਂ ਪਵਾ ਕੇ ਹਰਿਆਣੇ ਨੂੰ ਵੱਧ ਦੇ ਕੇ ਵਾਰ ਇੱਕ ਇੱਕ ਫੁੱਟ ਡੇਡ ਫੁੱਟ ਵਧਾ ਕੇ ਪਾਣੀ ਦੀ ਜਿੰਨੀ ਮਾਤਰਾ ਮਿਕਦਾਰ ਉਹ ਦਾ ਵਿੱਚ ਵਾਧਾ ਕੀਤਾ ਗਿਆ ਛੱਡਿਆ ਗਿਆ ਵੱਧ ਤੇ ਬਦਲੇ ਚ ਫਿਰ ਇਹਨਾਂ ਨੇ ਤਾਂ ਸੁਖਬੀਰ ਸਿੰਘ ਬਾਦਲ ਨੇ ਫਰਦ ਲਿਆ ਕੇ ਕਿਹਾ ਕਿ ਭਾਖੜਾ ਮੇਨ ਲਾਈਨ ਜਿਹੜੀ ਆ ਉਹ ਬਣ ਗਈ ਸੀਗੀ 1955 ਚ ਜਦੋਂ ਪੰਜਾਬ ਜੁਆਇੰਟ ਸੀ ਪਰ ਵਾਰ ਵਾਲੀ ਗੱਲ ਸੁਖਬੀਰ ਸਿੰਘ ਬਾਦਲ ਨੇ ਨਹੀਂ ਸਪਸ਼ਟ ਕੀਤੀ ਕੇ ਵਾਰ ਕਿਸੇ ਸਰਕਾਰ ਚ ਲੱਗੇ ਆ ਪਰ ਵਾਰ ਦੀ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਸਟੋਰੀ ਲੱਗੀ ਇੱਕ ਅਖਬਾਰ ਚ ਮੈਂ ਵੇਖੀ ਆ ਹੁਣ ਦੂਜੀ ਚੀਜ਼ ਕਿ ਜਿਹੜਾ ਇਹਨਾਂ ਦਾ ਤਰਕ ਹੈ ਇਹਨਾਂ ਨੇ ਫਰਦ ਵਿਖਾਈ ਆ ਕਿ ਅਸਲ ਦੇ ਵਿੱਚ ਇਹ ਨਿਕਲਦੀ ਆ ਜਿਹੜੀ ਬ੍ਰਾਂਚ ਉਹ ਪੰਜੂਆਣਾ ਬ੍ਰਾਂਚ ਚੋਂ ਜੀ ਪੰਜੂਆਣਾ ਬ੍ਰਾਂਚ ਚੋਂ ਗਾ ਨਿਕਲ ਗਈ ਬਾਣੀ ਬ੍ਰਾਂਚ ਤੇ ਬਾਣੀ ਬ੍ਰਾਂਚ ਚੋਂ ਆ ਗਈ ਇਹ ਤੁਹਾਡੀ ਬਾਲਾਸਰ ਵਾਲੀ ਜੀ ਉਹ ਕਹਿੰਦੇ ਕਿ ਇਹ ਵਗ ਗਈ ਸੀ 1964 ਦੇ ਵਿੱਚ ਅ ਸ਼ਾਇਦ ਉਹਨਾਂ ਨੇ ਜ਼ਿਕਰ ਵੀ ਕੀਤਾ 12 3 1964 ਜੀ ਕਿੱਥੇ 98 ਕਿੱਥੇ 1964 ਇੱਕ ਤੇ ਸਨਾਂ ਦਾ ਬੜਾ ਫਰਕ ਹੈ ਜੀ ਬਿਉ ਕੁਝ ਦੱਸ ਰਹੇ ਉਹ ਕੁਝ ਦੱਸ ਰਹੇ ਆ ਹਾਂ ਜੀ ਤੇ ਉਦੋਂ ਵੀ ਜੁਆਇੰਟ ਸੀ ਪੰਜਾਬ ਪੰਜਾਬ ਤੇ ਉਦੋਂ ਵੀ ਅਣਮੰਡਿਆ ਹੀ ਸੀਗਾ ਹਰਿਆਣੇ ਨਾਲ ਆਪਾਂ ਜੇ ਦੇਖੀਏ ਜੀ ਕਿਉਂਕਿ 66 ਫਿਰ ਪੁਨਰਗਠਨ ਐਕਟ ਆਇਆ ਨਾ ਜੀ ਸੋ ਇਹ ਆ ਕਿ ਇਹ ਹੁਣ ਦਲੀਲਾਂ ਉੱਥੇ ਰੱਖੀਆਂ ਜਾਣਗੀਆਂ ਪਰ ਮਾਨ ਸਾਹਿਬ ਤਿਆਰੀ ਨਾਲ ਤੇ ਬਹੁਤ ਗੱਲ ਕਰਦੇ ਆ ਉਹ ਜੀ ਪਰ ਮੈਂ ਤੁਹਾਨੂੰ ਇੱਕ ਨਮੂਨਾ ਦੇ ਦਿੰਦਾ ਹੁਣ ਗਾਂ ਇਸ ਕੇਸ ਦਾ ਕੀ ਬਣੇਗਾ ਤਾਂ ਕਰਕੇ ਪਰ ਰੱਖ ਦਿੱਤਾ ਕਿਉਂਕਿ ਇਹ ਹੁਣ ਕਾਨੂੰਨੀ ਲੜਾਈ ਦਾ ਵਿਸ਼ਾ ਜੀ ਬਾਲੀ ਕੋਖ ਪੜਤਾਲ ਕਰਨ ਦੀ ਸਾਨੂੰ ਨਹੀਂ ਲੋੜ ਉਹਨਾ ਆਪੇ ਇਹ ਤੱਥ ਲਿਆ ਕੇ ਉੱਥੇ ਪੇਸ਼ ਕਰਨਗੇ ਹਾਂ ਜੀ ਮਾਨ ਸਾਹਿਬ ਨੇ ਗੱਲ ਕਹੀ ਉਹ ਲਿਆ ਕੇ ਰੱਖਣਗੇ ਲੱਖਣ ਹਾਂ ਬਿਲਕੁਲ ਬਿਲਕੁਲ ਰੱਖਣਗੇ ਤੇ ਇਹਨਾਂ ਨੂੰ ਰੱਖਣੇ ਵੀ ਚਾਹੀਦੇ ਪਰ ਮੈਂ ਤੁਹਾਨੂੰ ਇੱਕ ਚੀਜ਼ ਸੁਣਾਉਣਾ ਜੀ ਮਾਨ ਸਾਹਿਬ ਦੀ ਉਸੇ ਡਿਬੇਟ ਚੋਂ ਕੱਢ ਕੇ ਜਿਹੜੀ ਡਿਬੇਟ ਨਹੀਂ ਕਹਿ ਸਕਦੇ ਵਨ ਬੈਂਚ ਸ਼ੋ ਹੀ ਹੋ ਗਿਆ ਬਾਅਦਛਾ ਤਾਂ ਹੋ ਜੀ वैसे मैं ते मैं उदन ਵੀ ਕਹਿਆ ਸੀਗਾ ਨਾ ਕਿ ਆਪੋਜੀਸ਼ਨ ਨੂੰ ਜਾਣਾ ਚਾਹੀਦਾ ਸੀਗਾ ਬਹੁਤ ਕੁਝ ਇਹ ਬੋਲ ਸਕਦੇ ਸੀਗੇ ਤੇ ਉਦਨ ਜੇ ਆਹੀ ਚੀਜ਼ਾਂ ਇਹ ਲੈ ਕੇ ਤੇ ਬੈਠੇ ਹੁੰਦੇ ਤੇ ਟਾਕਰੇ ਆਮੂ ਸਾਹਮਣੇ ਹੋ ਜਾਣੇ ਸੀ ਚਲੋ ਖੈਰ ਉਹ ਇਹਨਾਂ ਦੀਆਂ ਮਰਜ਼ੀਆਂ ਨੇ ਚਲੋ ਸੁਣੀਏ ਗੱਲ ਆ ਜਿਹੜੀਆਂ ਲੰਗੀ ਜਾਂਦੀ ਹੁੰਦੀਆਂ ਬੰਦੇ ਮਾਰ ਹਸਨ ਵਾਲੇ ਵੇਖੋ ਦੇਖੋ ਜੀ ਪਿਛਲੀ ਸਰਕਾਰ ਵੇਲੇ 3 11 18 ਤੋਂ ਦਿੱਲੀ 에어ਪੋਰਟ ਵਾਸਤੇ ਬੱਸ ਸਰਵਿਸ ਬੰਦ ਕਰਦੀ ਸੀ ਬਿਲਕੁਲ ਸਰਕਾਰੀ ਆਪਦੀ ਨਹੀਂ ਆਪਦੀ ਤੇ ਚਲਾਈ ਸੀ ਇੰਡੋਗਰੀਡੀਅੰਟ 3 11 18 ਨੂੰ ਬੰਦ ਕਰਤੀ ਚਾਰ ਬੱਸਾਂ ਦਿੱਲੀ ਦੇ 에어ਪੋਰਟ ਮਾਨ ਸਭ ਕਿਹੜੀਆਂ ਗੱਲਾਂ ਕਿਹੜੀ ਦੁਨੀਆ ਚੋਂ ਲੈ ਕੇ ਆ ਰਹੇ ਮੈਨੂੰ ਪਤਾ ਨਹੀਂ ਲੱਗਦਾ 3 11 18 ਨੂੰ ਸਰਕਾਰ ਕੀ ਦੀ ਸੀ ਇਹਦੇ ਬੱਚੇ ਬੱਚੇ ਨੂੰ ਪਤਾ 21 17 ਚ ਬੋਟਾ ਪੰਗਾ ਤੇ 18 ਚ ਕੀ ਸੀ ਉਹ ਨੂੰ ਪੰਡਾ ਆ ਆ ਤਿਆਰੀ ਕਰਦੇ ਹੋ ਤੁਸੀਂ ਤੁਸੀਂ ਬਾਈ ਨੇਮ ਉਹਨਾਂ ਦੀ ਟਰਾਂਸਪੋਰਟ ਨੂੰ ਦੱਸ ਦਿੱਤਾ ਕਿ ਉਹਨਾਂ ਦੀਆਂ ਬੱਸਾਂ ਚੱਲਦੀਆਂ ਰਹੀਆਂ 3 11 18 ਨੂੰ ਟਰਾਂਸਪੋਰਟ ਮਨਿਸਟਰ ਬੀਬੀ ਰਜ਼ੀਆ ਸੁਲਤਾਨਾ ਸੀ ਜੀ ਉਹ ਸੀ ਨਾ ਮਲੇਰਕੋਟਲੇ ਵਾਲੇ ਹਾਂਜੀ ਰਜ਼ੀਆ ਸੀਗਾ ਨਾ ਨਾਮ ਉਹਨਾਂ ਦਾ ਹਾਂਜੀ ਹਾਂਜੀ ਕੈਪਟਨ ਸਾਹਿਬ ਦੀ ਵਿਜਾਰਸਤ ਦੇ ਵਿੱਚ ਉਹ ਸਨ ਟਰਾਂਸਪੋਰਟ ਮਨਿਸਟਰ ਆ ਵੇਖ ਲਓ ਹੁਣ ਮਤਲਬ ਕਿ ਕਿੱਥੋਂ ਗੱਲ ਸ਼ੁਰੂ ਇੱਥੋਂ ਹੀ ਗਾਂ ਆਏ ਪਾਣੀ ਵਾਲੀ ਕੀਤੀ ਸੀ ਗੱਲ ਸ਼ੁਰੂ ਇਹਨਾਂ ਨੇ ਜੀ ਕਿਉਂਕਿ ਕਾਲੀ ਸਰਕਾਰ ਵੇਲੇ ਤੇ ਮਿਲਦਾ ਕੁਆਰਟ ਸਾਹਿਬ ਸੀਗੇ ਮੰਤਰੀ ਹਾਂਜੀ ਪਹਿਲਾਂ ਕੁਆਰਟ ਸਾਹਿਬ ਕੁਆਰਟ ਸਾਹਿਬ ਸੀਗੇ ਹਾਂਜੀ ਹਾਂਜੀ ਤਾਂ ਕੋਰ ਮਿਨਿਸਟਰ ਹੈ ਹਾਂਜੀ ਤੇ ਬਾਅਦ ਚ ਉਹਨਾਂ ਦਾ ਇੰਤਖਾਲ ਹੋ ਗਿਆ ਤੁਹਾਨੂੰ ਪਤਾ ਹੀ ਹੈ ਤਾਂ ਹਿਸਾਬ ਲਾ ਲਓ ਕਿ ਖੁਦ ਇੱਕ ਚੀਫ ਮਿਨਿਸਟਰ ਨੂੰ ਇਹ ਨਹੀਂ ਪਤਾ ਕਿ 18 ਚ ਸਰਕਾਰ ਕਿਸ ਦੀ ਸੀ ਤੇ ਕਾਲੀ ਵੀ ਇਸ ਚੀਜ਼ ਨੂੰ ਫੜ ਨਹੀਂ ਸਕੇ ਪਕੜ ਨਹੀਂ ਸਕੇ ਜਦੋਂ ਇਹਨਾਂ ਨੇ ਜਵਾਬ ਦਿੱਤਾ ਕਿ ਭਾਈ ਐਕਸਟੈਂਸ਼ਨ ਸਾਰਿਆਂ ਨੇ ਲਈ ਸੀ ਬਿਆਨ ਸਿੰਘ ਸਰਕਾਰ ਵਲੇ ਇਹ ਸ਼ੁਰੂ ਹੋਈ ਸੇਵਕ ਟ੍ਰਾਂਸਪੋਰਟ ਨੂੰ ਪਹਿਲੀ ਮਿਲੀ ਤੇ ਜਿੰਨੀਆਂ ਵੀ ਜੇ ਕੋਰਟ ਦੇ ਹੁਕਮ ਤੇ ਰੱਦ ਹੋਈਆਂ ਤੇ ਉਹ ਸਰਕਾਰੀ ਬੱਸਾਂ ਨੂੰ ਵੀ ਜਿਹੜੀਆਂ ਮਿਲੀਆਂ ਉਹ ਰੱਦ ਹੋਣ ਗਿਆ ਪਰ ਆਹ ਵੇਖੋ ਇਹੋ ਜੀ ਤੇ ਫੈਕਚੁਅਲੀ ਜਿਹੜੀ ਜਾਣਕਾਰੀ ਦੇਣ ਡਿਆ ਨੇ ਲੋਕਾਂ ਨੂੰ ਤੇ ਮੈਂ ਕਈ ਵਾਰ ਨਾ ਹੱਸਦਾ ਉਹਨਾਂ ਲੋਕਾਂ ਤੇ ਜਿਹੜੇ ਇਹਨਾਂ ਗੱਲਾਂ ਤੇ ਉੱਥੇ ਐਡਿਟੋਰੀਅਮ 'ਚ ਬਹਿ ਕੇ ਹੱਸ ਰਹੇ ਸੀ ਕਿ ਯਾਰ ਕੁਸ਼ ਤੇ ਜਾਗਦਾ ਰੱਖੋ ਅੱਛਾ ਅਰਮੀਨੀਆ ਵਰਗੇ ਗਰੀਬ ਅਰਮੀਨੀਆ ਨੂੰ ਗਰੀਬ ਮੁਲਕ ਕਹਿ ਕੇ ਇੱਕ ਦਿਨ ਭਾਸ਼ਣ 'ਚ ਯਾਦਾ ਤੁਹਾਨੂੰ ਇਹਨੂੰ ਕਿਹਨੂੰ ਦਿੰਦਾ ਮਾਨ ਸਾਹਿਬ ਨੂੰ ਕੌਣ ਡਾਟਾ ਦੇ ਰਿਹਾ ਹੈ ਪਤਾ ਨਹੀਂ ਜੀ ਆਰਮੀਨੀਆ ਦੀ ਪਰ ਕੈਪੀਟਾ ਇਨਕਮ ਆਪਣੇ ਨਾਲੋਂ ਕਈ ਗੁਣਾ ਜ਼ਿਆਦਾ ਹੋਏਗੀ ਪਤਾ ਨਹੀਂ ਕਿਹੜੀਆਂ ਗੱਲਾਂ ਚ ਪਏ ਨੇ ਸੋ ਰੋਚਕ ਰਹੇਗੀ ਕਿਉਂਕਿ ਤੱਥਾਂ ਦੀ ਲੜਾਈ ਆ ਹੁਣ ਇਹਨਾਂ ਨੂੰ ਲੜਨ ਦਈਏ ਪਰ ਤੁਸੀਂ ਹਿਸਾਬ ਲਾ ਲਓ ਕਿ ਮੁੱਖ ਮੰਤਰੀ ਸਾਹਿਬ ਜਿਹੜਾ ਇਹ ਦਾਵਾ ਕਰਦੇ ਨੇ ਕਿ ਮੈਂ ਬਹੁਤ ਤਿਆਰੀ ਨਾਲ ਬਹਿਨਾ ਤਾਂ ਉਸ ਤਿਆਰੀ ਦਾ ਹਾਲ ਵੇਖ ਲਓ ਕਿ ਉਹ 3 11 18 ਨੂੰ ਵੀ ਸਰਕਾਰ ਸੁਖਵੀਰ ਸਿੰਘ ਬਾਦਲ ਦੀ ਚਲਵਾ ਰਹੇ ਨੇ ਨੇ ਆਪਣੀ ਸਰਕਾਰ ਚ ਚਲੋ ਹੁਣ ਚਲੋ ਇੱਕ ਸਾਲ ਦਾ ਐਕਸਟੈਂਸ਼ਨ ਦੇ ਦਿੱਤਾ ਸੀ ਆ ਸਰਕਾਰ ਚ ਤੋੜਣ ਤਾਂ ਦਿੰਦੇ ਨਹੀਂ ਐਕਸਟੈਂਸ਼ਨ ਇਦਾਂ ਬੰਦ ਕੀ ਕਰ ਦੇ ਜੀ 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 ਇਹ ਤਾਂ ਹੁਣ ਮਾਨ ਸਾਹਿਬ ਨੂੰ ਦੇਖਣਾ ਚਾਹੀਦਾ ਬਾਈ ਤੁਹਾਡੇ ਸਲਾਹਕਾਰ ਜੀ ਤੁਹਾਨੂੰ ਜਿਹੜੇ ਇਨਪੁਟ ਦਿੰਦੇ ਆ ਤੁਹਾਡੇ ਸਪੀਚਾਂ ਦਿੰਦੇ ਨੇਗੇ ਤਿਆਰ ਕਰਕੇ ਤੇ ਬਾਈ ਦੇਖੋ ਬੰਦਿਆ ਦੀ ਪੜਤਾਲ ਕਰ ਲੋ ਬਾਣੀ ਬੁੱਟੀ ਤਾਂ ਇਸ ਤੋਂ ਬਾਅਦ ਮਿੰਟੂ ਜੀ ਆਪਾਂ ਅੱਗੇ ਵੱਲ ਨੂੰ ਚੱਲ ਗਏ ਜੀ ਮੈਂ ਕੋਈ ਕਮੈਂਟ ਆ ਤਾਂ ਉਹ ਦੇਖ ਲੈਣਾ ਇਸ ਤੋਂ ਬਾਅਦ ਜਗਦੀਪ ਜੀ ਕਰੇ ਜੀ ਖਬਰ ਲੱਗੀ ਸੀ ਸ਼ਾਹਦੂ ਦੀ ਇੱਕ ਮੈਗਜ਼ੀਨ ਸ਼ਬਦਾਂ ਦਾ ਸੀ ਉਹਦੇ ਰੂਪ ਦੇ ਵਿੱਚ ਬਾਈ ਪਤਾ ਨਹੀਂ ਕੱਲ ਨੂੰ ਸਾਫ਼ ਕਰ ਦੇਣਗੇ ਮਿੰਟੂ ਜੀ ਕੋਈ ਗੱਲ ਨਹੀਂ ਜਦੋਂ ਪਤਾ ਲੱਗੇ ਕੱਲ ਨੂੰ ਜਾਂ ਮੰਡੇ ਬਿਲਕੁਲ ਸ਼ਪੀ ਸੀਗੀ ਬਿਲਕੁਲ ਸ਼ਪੀ ਸੀਗੀ ਮੈਂ ਕੋਸ਼ਿਸ਼ ਕਰਾਂਗਾ ਮੰਡੇ ਤੱਕ ਉਹ ਖਬਰ ਮਿਲ ਜਾਵੇ ਜੀ ਤੇ ਮੈਂ ਕਿਹਾ ਹੋਇਆ ਜਿਹੜੇ ਪਾਣੀਆਂ ਤੇ ਬਹੁਤ ਜ਼ਿਆਦਾ ਲਿਖਦੇ ਪੜ੍ਹਦੇ ਨੇ ਜੀ ਤੇ ਮੈਂ ਉਹਨਾਂ ਦੀ ਵਾਲਤੇ ਵੀ ਵੇਖੇ ਸੀ ਜੇ ਉਹਨਾਂ ਦੇ ਸੰਗ੍ਰਹਿ ਚ ਪਈ ਹੋਈ ਤੇ ਜ਼ਰੂਰ ਉਹ ਪਰਵਾਰ ਵਾਲੀ ਖਬਰ ਜਿਹੜੀ ਆ ਉਹ ਲੱਗੇ ਜ਼ਰੂਰ ਆ ਤੁਹਾਨੂੰ ਜਿਨ੍ਹਾਂ ਨੇ ਪੜ੍ਹੀ ਹੋਈ ਉਹਨਾਂ ਨੂੰ ਵੀ ਚਤੇ ਆ ਜਾਣੀਆਂ ਜੀ 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 ਤਾਂ ਇਹਦੇ ਨਾਲ ਮੈਂ ਇਧਰੋਂ ਅਗੇ ਪ੍ਰਭਦੀਪ ਕੌਰ ਜੀ ਕਹਿੰਨੇ ਜੀ ਵੈਸੇ ਤਾਂ ਮੈਂ ਸਪੋਰਟਰ ਨਹੀਂ ਪ੍ਰਕਾਸ਼ ਸਿੰਘ ਬਾਲ ਦੀ ਬਟ ਉਹਨਾਂ ਨੂੰ ਉਹ ਕਦੇ ਟੈਂਪਰ ਨਹੀਂ ਸੀ ਲੂਜ਼ ਕਰਦੇ ਕਹਿੰਨੇ ਕਿ ਇਹ ਗੱਲ ਸੀ ਹਾਂ ਇਹ ਤੇ ਗੱਲ ਹੈਗੀ ਸੀ ਹੰਤਲੇ ਪੜਾ ਤੇ ਵੀ ਜਦੋਂ ਉਹਨਾਂ ਨੂੰ ਪਤਾ ਲੱਗਿਆ ਸੀਗਾ ਕਿ ਖੇਡ ਖਰਾਬ ਹੋ ਗਈ ਹੈ ਉਸ ਦਿਨ ਜਿਸ ਦਿਨ ਉਹ ਜੁੱਤੀ ਵਾਲਾ ਸੀ ਉਸ ਦਿਨ ਵੀ ਨਹੀਂ ਮਤਲਬ ਉਹਨਾਂ ਨੇ ਕੋਈ ਜ਼ਿਆਦਾ ਤੱਤਾ ਬਿਆਨ ਨਹੀਂ ਕੀਤਾ ਥੋੜਾ ਗੁੱਸਾ ਸੀਗਾ ਜਿੱਦ ਤਣ ਉਹਨਾਂ ਨੂੰ ਜੁੱਤੀ ਵਜੀ ਐਨਕ ਟੁੱਟੀ ਆ ਹਾਂਜੀ ਹਾਂ ਮੈਂ ਉਹ ਆ ਕੇ ਇਧਰ ਮੈਂ ਲਗਾ ਆਸ਼ਿਆ ਦਾ ਛਾਪਿਆਲੀ ਜਾਂ ਕੋਈ ਇਹ ਘਟਨਾ ਕੀ ਹੈ ਰਤੇ ਖੜੀ ਸੀ ਛਾਪਿਆਲੀ ਉਸ ਤੋਂ ਬਾਅਦ ਅਗਲਾ ਸੀਗਾ ਇਹਨਾਂ ਦਾ ਛਾਪਿਆ ਛਾਪਿਆ ਵਾਲੀ ਹਾਂਜੀ ਜੀ ਪਰ ਉਸ ਦਿਨ ਵੀ ਦੇਖ ਲਓ ਆਪ ਦਾ ਸੰਗਦਰਸ਼ਨ ਨਹੀਂ ਛੱਡਿਆ ਐਡੀ ਵੱਡੀ ਘਟਨਾ ਵਾਪਰ ਗਈ ਤੇ ਕੋਈ ਸ਼ਬਦਾਂ ਚ ਰਿਐਕਟ ਨਹੀਂ ਕੀਤਾ ਉਹਦਾ ਚਿਹਰੇ ਤੋਂ ਲੱਗ ਰਿਹਾ ਸੀਗਾ ਕਿ ਥੋੜਾ ਉਹਨਾਂ ਤਲਖੀ ਚ ਹੈਗੇ ਨੇ ਹਾਂਜੀ ਹਾਂਜੀ ਕਿਉਂਕਿ ਆਪਦੇ ਇਲਾਕੇ ਚ ਇਸ ਤਰ੍ਹਾਂ ਦੀ ਘਟਨਾ ਵਾਪਰ ਜਾਣਾ ਜੀ ਜੀ ਬਹੁਤ ਕਹਿ ਲਓ ਕਿ ਦੁਖਦ ਸੀ ਉਹਨਾਂ ਵਾਸਤੇ ਸੋ ਗੱਲ ਇਹ ਆ ਕਿ ਭਾਈ ਜੋ ਵੀ ਆ ਤੇ ਇਹ ਹੁਣ ਆਪਣੇ ਆਪ ਦੇ ਵਿੱਚ ਕਹਿ ਲਓ ਕਿ ਮਸਲਾ ਜਿਹੜਾ ਉਹ ਸਾਡੇ ਸਿਆਸਤਦਾਨਾਂ ਲਈ ਸੋਚਣ ਵਾਲਾ ਹੈ ਕਿ ਭਾਈ ਲਿਆਕਤ ਰੱਖੋ ਇੱਜ਼ਤ ਦੇਵੋ ਇੱਜ਼ਤ ਲਵੋ ਰਾਜਨੀਤਿਕ ਲੜਾਈ ਤਾਂ ਬੰਦ ਹੋਣੀ ਨਹੀਂ ਔਰ ਉਹ ਬੰਦ ਹੋਣੀ ਹੋਣੀ ਚਾਹੀਦੀ ਚાલુ ਰੱਖੋ ਭਾਈ ਅਸੀਂ ਕਹਿੰਦੇ ਰੱਖੋ ਲਿਆਕਤ ਤੇ ਉਹ ਜਿਹੜਾ ਅਦਾ ਲਾਈਜ਼ਾ ਵਧੀਆ ਸ਼ਲੀਨਤਾ ਵਾਲਾ ਹੋਣਾ ਚਾਹੀਦਾ ਜੀ ਜੀ ਹਾਲਾਂਕਿ ਚਲੋ ਗੁੱਸਾ ਆ ਜਾਂਦਾ ਕਈ ਵਾਰ ਤੁਹਾਨੂੰ ਮੈਨੂੰ ਵੀ ਆਉਂਦਾ ਹੋਏਗਾ ਸਾਰਿਆਂ ਨੂੰ ਆਉਂਦਾ ਗੁੱਸਾ ਪਰ ਜਦੋਂ ਤੁਸੀਂ ਪਬਲਿਕਲੀ ਕਿਸੇ ਪ੍ਰਤੀ ਬੋਲਣਾ ਚਲੋ ਨਿੱਜੀ ਜ਼ਿੰਦਗੀ ਚ ਕਈ ਵਾਰ ਗੁੱਸੇ ਰਾਜੀ ਹੋ ਜਾਂਦਾ ਬੰਦਾ ਨਾਨਾ ਪਾਟੇ ਕਰਨੇ ਵੇਖ ਲਓ ਬਜ਼ੁਰਗੀ ਦੇ ਵਿੱਚ ਥੱਪੜ ਮਾਰ ਦਿੱਤਾ ਤੇ ਕੀ ਕਿੱਥੇ ਨਾਨਾ ਪਾਟੇ ਕਰ ਇਹ ਲੋਕਾਂ ਦੇ ਦਿਲਾਂ ਦਾ ਨਾਇਕ ਸੀਗਾ ਕਿਥੇ ਇੱਕ ਮਿੰਟ ਦੇ ਵਿੱਚ ਸੋਸ਼ਲ ਮੀਡੀਆ ਦੇ ਵਿੱਚ ਹੁਣ ਸਫਾਈਆਂ ਦੇਣੀਆਂ ਪੈ ਰਹੀਆਂ ਜਲੂਸ ਨਿਕਲ ਗਿਆ ਬੁੱਢੇਵਾਰੇ ਜੀ ਜੀ ਤੇ ਇਹ ਚੀਜ਼ਾਂ ਹੋ ਵੀ ਜਾਂਦੀਆਂ ਨੇ ਕਈ ਵਾਰ ਜੀ ਜੀ ਪਰ ਗੱਲ ਇਹ ਆ ਕਿ ਜਿਹੜੇ ਨੇਤਾ ਕਿਉਂਕਿ ਉਹਨਾਂ ਦਾ ਤਾਂ ਰੋਜ਼ ਮਰਦਾ ਕੰਮ ਹੈ ਨਾ ਹਾਂਜੀ ਹਾਂਜੀ ਜੀ ਜੀ ਇਹ ਤੇ ਹੈ ਨਹੀਂ ਕਿ ਇੱਕ ਦਿਨ ਦਾ ਕੋਈ ਹੈ ਤੇ ਜੇ ਕੋਈ ਸ਼ਬਦ ਨਿਕਲ ਵੀ ਜਾਂਦਾ ਕਿਤੇ ਜਾਣੇ ਅਣਜਾਣੇ ਚ ਗੁੱਸੇ ਚ ਤਾਂ ਤੁਸੀਂ ਉਹਨੂੰ ਮਤਲਬ ਕਿ ਰਿਅਲਾਈਜ਼ ਕਰਕੇ ਠੀਕ ਕਰ ਸਕਦੇ ਹੋ ਕਿ ਹਾਂ ਭਾਈ ਮੈਂ ਇਹ ਸ਼ਬਦ ਨਹੀਂ ਸੀ ਬੋਲਣਾ ਯਾਰ ਬੋਲ ਹੋ ਗਿਆ ਜੀ 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 ਤਾਂ ਉਹਦੇ ਨਾਲ ਤੁਹਾਡਾ ਜਿਹੜਾ ਵਿਰੋਧੀ ਸਭੋ ਮੈਨੂੰ ਲੱਗਦਾ ਕਿ ਤੁਹਾਡੀ ਰਿਸਪੈਕਟ ਵਧੇਰੇ ਕਰੇਗਾ ਹਾਂਜੀ ਹਾਂਜੀ ਜੀ